ਸਤਿ ਸ਼੍ਰੀ ਅਕਾਲ ਕਲਿਆਣ ਟੀ ਵੀ ਪੰਜਾਬ ਵੇਖ ਰਹੇ ਤੁਸੀਂ ਅਤੇ ਬਠਿੰਡਾ ਤੋਂ ਪਾਤੜਾ ਰੇਡ ਕਰਨ ਗਈ ਡਾਕਟਰਾਂ ਦੀ ਟੀਮ, ਜਿਸ ਦੇ ਵਿੱਚ ਕਿ ਇੱਕ ਦਰਜਾ 4 ਮੁਲਾਜ਼ਮ ਵੀ ਸ਼ਾਮਲ ਸੀ, ਜਿਸ ਨੂੰ ਕਿ ਉਸੇ ਦਿਨ ਹੀ ਵਿਜੀਲੈਂਸ ਦੇ ਵੱਲੋਂ ਛਾਪਾ ਮਾਰ ਕੇ ਗ੍ਰਿਫਤਾਰ ਕਰ ਲਿਆ ਜਾਂਦਾ। ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਗਏ, ਹਾਲਾਂਕਿ ਇਸ ਤੋਂ ਬਾਅਦ ਸਿਵਲ ਹਸਪਤਾਲ ਬਠਿੰਡਾ ਵਿਖੇ ਜਿਹੜਾ ਪ੍ਰਦਰਸ਼ਨ ਆ ਉਹ ਲਗਾਤਾਰ ਜਾਰੀ ਹੈ। ਲਗਾਤਾਰ ਹੀ ਜਿਹੜੀ ਮੁਲਾਜ਼ਮ ਯੂਨੀਅਨ ਆ ਉਸਦੇ ਵੱਲੋਂ ਇੱਥੇ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਅਤੇ ਹੁਣ ਇੱਕ ਵਾਰ ਫਿਰ ਤੋਂ ਯੂਨੀਅਨ ਦੇ ਪ੍ਰਧਾਨ ਗਗਨਦੀਪ ਜਿਨ੍ਹਾਂ ਦਾ ਇੱਕ ਕਹਿਣਾ ਹੈ ਕਿ ਜਿਹੜਾ ਦਰਜਾ 4 ਦਾ ਮੁਲਾਜ਼ਮ ਹੈ ਜਿਸਨੂੰ ਕਿ ਹਿਰਾਸਤ ਦੇ ਵਿੱਚ ਰੱਖਿਆ ਗਿਆ ਤਾਂ ਉਹਨਾਂ ਦਾ ਕਹਿਣਾ ਹੈ ਕਿ ਅਫਸਰਾਂ ਦੀ ਸ਼ਾਇਦ ਅਜਿਹਾ ਹੋ ਰਿਹਾ, ਅਫਸਰ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਉਹਨਾਂ ਦਾ ਕਹਿਣਾ ਕਿ ਟੀਮ ਦੇ ਵਿੱਚ ਹੋਰ 20 ਡਾਕਟਰ ਗਏ ਸਨ ਪਰ ਸਿਰਫ ਦਰਜਾ 4 ਮੁਲਾਜ਼ਮ ਹੀ ਕਿਉਂ ਫੜਿਆ ਗਿਆ, ਇਸ ਨੂੰ ਲੈ ਕੇ ਉਹਨਾਂ ਸਵਾਲ ਚੁੱਕੇ ਨੇ ਅਤੇ ਉਹਨਾਂ ਦਾ ਕਹਿਣਾ ਹੈ ਕਿ ਜਦ ਤੱਕ ਇਨਸਾਫ ਨਹੀਂ ਮਿਲਦਾ ਪ੍ਰਦਰਸ਼ਨ ਵੀ ਇਸੇ ਤਰ੍ਹਾਂ ਦੇ ਨਾਲ ਜਾਰੀ ਰਹੇਗਾ। ਹੋਰ ਵੀ ਕਈ ਗੱਲਾਂ ਉਹਨਾਂ ਮੀਡੀਆ ਦੇ ਸਾਹਮਣੇ ਆਖੀਆਂ ਨੇ। ਮੇਰਾ ਨਾਂ ਗਗਨਦੀਪ ਹੈ ਜੀ, ਪੰਜਾਬ ਸੁਆਰਡੀਨੇਟ ਸਰਵਿਸ ਫੈਡਰੇਸ਼ਨ ਵਿਗਿਆਨਕ ਦਾ ਮੈਂ ਸੂਬਾ ਪ੍ਰਧਾਨ ਹਾਂ। ਅੱਜ ਜਿਹੜਾ ਸਾਡਾ ਬਠਿੰਡਾ ਸਿਵਲ ਹਸਪਤਾਲ ਦੇ ਵਿੱਚ ਜਿਹੜੀ 9 ਤਰੀਕ ਨੂੰ ਛਾਪਾ ਮਾਰਨ ਗਈ ਟੀਮ ਸੀ, ਉਹਦੇ ਵਿੱਚ ਸਾਡੇ ਸਾਥੀ ਰਾਜ ਸਿੰਘ ਦੀ ਗ੍ਰਿਫਤਾਰੀ ਰਿਹਾਈ ਨੂੰ ਲੈ ਕੇ ਹੋਈ ਗ੍ਰਿਫਤਾਰੀ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਅੱਜ ਅਸੀਂ 14ਵੇਂ ਦਿਨ ਜਿਹੜਾ ਹੈ ਉਹ ਧਰਨੇ ਦੇ ਉੱਤੇ ਬੈਠੇ ਹੋਏ ਹਾਂ। ਔਰ ਇੱਥੋਂ ਦੀ ਜਿਹੜੀ ਅਫਸਰਸ਼ਾਹੀ ਹੈ ਲਗਾਤਾਰ ਮੁਲਾਜ਼ਮਾਂ ਨੂੰ ਡਰਾ ਧਮਕਾ ਕੇ ਮੁਲਾਜ਼ਮਾਂ ਦੇ ਨਾਲ ਜਾਣੀ ਸਖਤਾਈ ਦੇ ਰੂਪ ਦੇ ਵਿੱਚ ਸਾਹਮਣੇ ਆ ਕੇ ਜਾਣੀ ਇਸ ਧਰਨੇ ਨੂੰ ਤਾਰ ਪੀਟੋ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਆ। ਪਰ ਇਹ ਮੁਲਾਜ਼ਮ ਸਾਥੀਆਂ ਦਾ ਇੱਕ ਹੈ, ਉਸ ਏਕੇ ਦੇ ਬਲਬੂਤੇ ਦੇ ਉੱਤੇ ਅਸੀਂ 14ਵੇਂ ਦਿਨ ਵੀ ਲਗਾਤਾਰ ਆਪਦੀ ਜਿਹੜੀ ਗੱਲ ਆ ਉਹਦੇ 'ਤੇ ਡਟੇ ਹੋਏ ਹਾਂ। ਇਸ ਤੋਂ ਇਲਾਵਾ ਇੱਕ ਨਵੀਂ ਇਸ ਮੁਕੱਦਮੇ ਦੇ ਨਾਲ ਜੁੜੀ ਹੋਈ ਗੱਲ ਆਈ ਆ, ਜਦੋਂ ਵਕੀਲਾਂ ਕੋਲ ਜਾਂਦੇ ਹਾਂ, ਵਕੀਲਾਂ ਦੇ ਵੱਲੋਂ ਜਾਣੀ ਮੁਕੱਦਮੇ ਦੀ ਚੀਰਫਾੜ ਕੀਤੀ ਜਾਂਦੀ ਆ, ਤਾਂ ਉਦੋਂ ਜਿਹੜੀ 9 ਤਰੀਕ ਨੂੰ 9 ਨੰਬਰ ਮੁਕੱਦਮਾ ਵਿਜੀਲੈਂਸ ਬਿਊਰੋ ਵੱਲੋਂ ਦਰਜ ਕੀਤਾ ਗਿਆ, ਉਹ ਜਿਹੜਾ ਮੁਕੱਦਮਾ ਸੀਗਾ ਉਹ ਇਸ ਕਰਕੇ ਦਰਜ ਕੀਤਾ ਗਿਆ ਵੀ ਜਿਹੜੇ ਇਸ ਸਿਹਤ ਵਿਭਾਗ ਦੀ ਟੀਮ ਆ ਜਿਹਦੇ ਵਿੱਚ ਡਾਕਟਰ ਜਸਵੀਰ ਔਲਖਾ, ਡਾਕਟਰ ਭਾਰਤ ਭੂਸ਼ਣ ਅਤੇ ਇੱਕ ਜਾਣੀ ਸੁਰਿੰਦਰ ਹੈਗਾ, ਉਹ ਸਾਰੇ ਜਿਹੜੇ ਬੰਦੇ ਆ ਉਹ ਅਸ਼ੋਕ ਕੁਮਾਰ ਤੋਂ ਜਿਹੜਾ ਰਿਸ਼ਵਤ ਦੇ ਰੂਪ ਦੇ ਵਿੱਚ 70,000 ਮੰਗਦੇ ਸੀ, ਇਸ ਆਧਾਰ ਦੇ ਉੱਤੇ ਜਾਣੀ ਇਹ ਮੁਕੱਦਮਾ ਦਰਜ ਕੀਤਾ ਗਿਆ। ਅਤੇ ਪਰ ਅਸਲ ਜਿਹੜੀ ਇਹਦੀ ਅਸਲੀਅਤ ਆ ਉਹ ਹੋਰ ਹੈ, ਜਿਹੜਾ ਅਸ਼ੋਕ ਕੁਮਾਰ ਵੱਲੋਂ ਇਹ ਮੁਕੱਦਮਾ ਦਰਜ ਕਰਵਾਇਆ ਗਿਆ ਉਹਦੇ ਉੱਤੇ ਪਹਿਲਾਂ ਹੀ 2020 ਦੇ ਵਿੱਚ 157 ਨੰਬਰ ਮੁਕੱਦਮਾ ਜਿਹੜਾ ਉਹ ਦਰਜ ਆ। ਅੱਜ ਉਹ 157 ਨੰਬਰ ਮੁਕੱਦਮਾ ਜਿਹੜਾ ਉਹ ਗਵਾਹੀਆਂ 'ਤੇ ਪਹੁੰਚਿਆ ਹੋਇਆ, ਇਸ ਗੱਲ ਦੇ ਉੱਤੋਂ ਇਹ ਸਾਫ਼ ਗੱਲ ਨਜ਼ਰ ਆਉਂਦੀ ਆ ਬਈ ਉਹ ਮੁਕੱਦਮੇ ਦੇ ਵਿੱਚ ਉਸ ਬੰਦੇ ਨੂੰ ਸਜ਼ਾ ਹੋਣੀ ਸੀ ਅਤੇ ਫਿਰ ਉਸ ਨੇ ਸਜ਼ਾ ਤੋਂ ਬਚਣ ਦੇ ਮਾਰੇ ਨੇ ਜਾਣੀ ਮੋੜਵਾਂ ਮੁਕੱਦਮਾ ਜਿਹੜਾ ਹੈਗਾ ਉਹ ਸਿਹਤ ਵਿਭਾਗ ਦੀ ਟੀਮ ਦੇ ਉੱਤੇ ਕੀਤਾ, ਤਾਂ ਕਿ ਜਾਣੀ ਇਸ ਮੁਕੱਦਮੇ ਦਾ ਆਧਾਰ ਬਣਾ ਕੇ ਜਾਣੀ ਵੀ ਤੂੰ ਇੱਧਰੋਂ ਮੁੱਕਰ ਜਾ ਅਤੇ ਮੈਂ ਉੱਧਰੋਂ ਮੁੱਕਰ ਜਾਣਾ, ਜਾਣੀ ਲੈਣ ਦੇਣ ਕਰਨ ਵਾਸਤੇ ਜਾਣੀ ਇਹ ਮੁਕੱਦਮਾ ਜਿਹੜਾ ਉਹਦੇ 'ਤੇ ਦਰਜ ਕਰਵਾਇਆ ਗਿਆ। ਅਤੇ ਸਾਨੂੰ ਇਹ ਲੱਗਦਾ ਵੀ ਉਹ ਇਕੱਲੀ ਜਿਹੜੀ ਉਹਦੇ ਵਿੱਚ ਇਕੱਲੀ ਵਿਜੀਲੈਂਸ ਹੀ ਇਨਵੋਲਵ ਨਹੀਂ, ਸਾਡੇ ਵਾਲੇ ਅਫਸਰ ਵੀ ਜਿਹੜੇ ਇਨਵੋਲਵ ਆ, ਕਿਉਂਕਿ ਨਹੀਂ ਐਂ ਹੁੰਦਾ ਨਹੀਂ ਹੁੰਦਾ ਵੀ ਜਿਹੜੇ ਸਾਡੇ ਅਫਸਰ ਆ ਉਹਨਾਂ ਦੇ ਉੱਤੇ ਮੁਕੱਦਮਾ ਨਾ ਦਰਜ ਹੋਵੇ ਅਤੇ ਜਿਹੜਾ ਇੱਕ ਕਲਾਸ 4 ਆ ਉਹਦੇ ਉੱਤੇ ਮੁਕੱਦਮਾ ਦਰਜ ਹੋਵੇ। ਜਾਣੀ ਉਹ ਜਿਹੜਾ ਅਸ਼ੋਕ ਕੁਮਾਰ ਆ ਸਾਨੂੰ ਲੱਗਦਾ ਵੀ ਉਹ ਜਾਂ ਤਾਂ ਪਾਵਰਫੁੱਲ ਹੈ ਅਤੇ ਜਾਂ ਪੈਸੇ ਵਾਲਾ, ਜਾਂ ਤਾਂ ਉਹਦੇ ਰਾਜਨੀਤਿਕ ਸੰਬੰਧ ਕਿਤੇ ਵੱਡੇ ਥਾਂ 'ਤੇ ਜੁੜਦੇ ਆ ਅਤੇ ਜਾਂ ਫਿਰ ਉਹਦੇ ਕੋਲ ਪੈਸਾ ਬਹੁਤ ਜ਼ਿਆਦਾ ਆ ਜਿਹਦਾ ਕਰਕੇ ਇਹ ਸਾਰਾ ਘਟਨਾਕ੍ਰਮ ਜਿਹੜਾ ਵਾਪਰਿਆ ਉਹ ਇੱਕ ਵਾਰ ਦੇਖਣ ਨੂੰ ਲੱਗ ਰਿਹਾ। ਪਰ ਹੌਲੀ ਹੌਲੀ ਜਿਵੇਂ ਜਿਵੇਂ ਵਕੀਲ ਇਹਦੇ ਵਿੱਚ ਪੇਸ਼ੀਆਂ 'ਤੇ ਜਾਣਗੇ, ਵਿਜੀਲੈਂਸ ਦੇ ਵੱਲੋਂ ਕੀ ਰਿਕਾਰਡ ਜਿਹੜਾ ਪੇਸ਼ ਕੀਤਾ ਗਿਆ ਉਹਦੇ ਵਿੱਚ ਹੋਰ ਜਿਹੜੀਆਂ ਇਸ ਮੁਕੱਦਮੇ ਦੀਆਂ ਪਰਤਾਂ ਨੇ ਜਿਹੜੀਆਂ ਖੁੱਲਣੀਆਂ ਨੇ, ਐਜੀਟੇਸ਼ਨ ਦੇ ਵਿੱਚ ਅਸੀਂ ਲਗਾਤਾਰ ਜਥੇਬੰਦੀਆਂ ਦੇ ਸੰਪਰਕ 'ਚ ਹਾਂ ਔਰ ਉਹਨਾਂ ਦੇ ਨਾਲ ਸਾਰੀ ਗੱਲ ਜਿਹੜੀ ਆ ਜਿਵੇਂ ਜਿਵੇਂ ਸਾਡੇ ਕੋਲ ਆ ਰਹੀ ਆ ਉਹ ਸਾਂਝੀ ਕਰ ਰਹੇ ਹਾਂ। ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਨਾਲ ਵੀ ਸਾਡੀਆਂ ਮੀਟਿੰਗਾਂ ਹੋ ਰਹੀਆਂ ਨੇ ਔਰ ਮਜ਼ਦੂਰ ਜਥੇਬੰਦੀਆਂ ਨਾਲ ਵੀ ਸਾਡੀਆਂ ਮੀਟਿੰਗਾਂ ਹੋ ਰਹੀਆਂ ਨੇ,
ਤੇ ਜਿਹੜੀਆਂ ਵੱਖ ਵੱਖ ਵਿਭਾਗਾਂ ਦੀਆਂ ਫੈਡਰੇਸ਼ਨਾਂ ਨੇ ਜਾਂ ਹੋਰ ਨੇ ਉਹਨਾਂ ਦੇ ਨਾਲ ਵੀ ਸਾਡੀ ਗੱਲਬਾਤ ਲਗਾਤਾਰ ਜਾਰੀ ਆ। ਜਦੋਂ ਵੀ ਕਿਤੇ ਕੋਈ ਵੱਡੀ ਗੱਲ ਸਾਹਮਣੇ ਆਉਂਦੀ ਹੈ ਤਾਂ ਅਸੀਂ ਇਸ ਧਰਨੇ ਨੂੰ ਜਿਹੜਾ ਹੈਗਾ ਉਹ ਹੋਰ ਵੱਡਾ ਕਰਾਂ। ਇਹੀ ਕਾਰਨ ਆ ਵੀਰ ਜੀ ਵੀ ਉਹਦੇ ਤੇ ਇਕੱਲੇ ਤੇ ਦਰਜ ਕਰਨ ਦਾ ਮਤਲਬ ਇਹ ਆ ਵੀ ਜਿਹੜਾ ਉਹ ਡਾਕਟਰ ਅਸ਼ੋਕ ਹੈ ਜਿਹਨੇ ਉਹ ਮੁਕੱਦਮਾ ਦਰਜ ਕਰਾਇਆ, ਜਿਹੜਾ ਸ਼ਿਕਾਇਤ ਕਰਤਾ ਗਾ, ਉਹਦੀ ਚੂਲ ਪਹਿਲਾਂ ਹੀ 157 ਨੰਬਰ ਮੁਕੱਦਮੇ 'ਚ ਫਸੀ ਹੋਈ ਆ। ਉਹਦੀ ਮਤਲਬ ਚੂਲ ਕਢਾਉਣ ਵਾਸਤੇ, ਚੂਲ 'ਚੋਂ ਬਾਂਹ ਕਢਾਉਣ ਵਾਸਤੇ ਜਾਣੀ ਇਹ ਬਰਾਬਰ ਦਾ ਮੁਕੱਦਮਾ ਕਰਵਾਇਆ ਗਾ। ਉਹਦੇ ਵਿੱਚ ਸਾਡੇ ਅਫਸਰ ਵੀ ਵਿੱਚ ਨੇ, ਕਿਉਂਕਿ ਇਹ ਜੇ ਇਹ ਵਿੱਚ ਨਾ ਹੁੰਦੇ ਤਾਂ ਇਹ ਸੱਚੀ ਗੱਲ ਜਾਣੀ ਲੁਕੋ ਕੇ ਤੱਥ ਸੀ ਜਿਹੜੇ ਉਹ ਨਾ ਪੇਸ਼ ਕਰਦੇ। ਜੇ ਇਹ ਲੁਕੋ ਕੇ ਕਰ ਰਹੇ ਆ ਤਾਂ ਇਹਦਾ ਮਤਲਬ ਇਹ ਵਿਜੀਲੈਂਸ ਵਿਭਾਗ ਹੈ ਜਿਹੜਾ ਉਹਦੀ ਰੇਡ ਨੂੰ ਸਫਲ ਰੇਡ ਮੰਨ ਰਹੇ ਆ। ਜੇ ਉਹ ਸਫਲ ਮੰਨ ਰਹੇ ਆ ਤਾਂ ਇਹਦਾ ਮਤਲਬ ਹੈਗਾ ਜਾਂ ਤਾਂ ਰਾਜ ਸਿੰਘ ਦੋਸ਼ੀ ਆ, ਜਾਂ ਤਾਂ ਫਿਰ ਇਹ ਕਹਿਣ ਵੀ ਰਾਜ ਸਿੰਘ ਨੇ ਸਾਥੋਂ ਪਾਸੇ ਹੋ ਕੇ ਪੈਸੇ ਲਏ ਆ, ਇਹ ਗੱਲ ਵੀ ਨਹੀਂ ਕਹਿ ਰਹੇ। ਜਾਣੀ ਅੰਤਰ ਖਾਤੇ ਇਹੀ ਜਿਹੜੀ ਖਿਚੜੀ ਆ ਉਹ ਘੋਲ ਰਹੇ ਆ ਵੀ ਉਸ ਵਿਜੀਲੈਂਸ ਦੀ ਰੇਡ ਨੂੰ ਸਫਲ ਬਣਾ ਕੇ ਉਹ ਡਾਕਟਰ ਅਸ਼ੋਕ ਆ ਜਿਹਦੀ ਸ਼ਿਕਾਇਤ ਆ ਉਹਦੀ ਚੂਲ 'ਚੋਂ ਬਾਂਹ ਕੱਢਣ ਨੂੰ ਫਿਰਦੇ ਆ।